ਹੈਲੋ ਗਾਇਸ, ਕੀ ਹਾਲ ਚਾਲ, ਸਵਾਗਤ ਕਰਦੇ ਫਿਰ ਤੋਂ ਅੰਮ੍ਰਿਤਸਰ ਕਾਈ ਨਗਰ 'ਤੇ। ਅੱਜ ਦਾ ਲੋਕ ਹੈਗਾ ਪੱਧਰੀ ਕਾਈ ਸਟੋਰ 'ਤੇ। ਅੱਜ ਕਰਨ ਆਇਆ ਗੁੱਡੀਆਂ ਦੀ ਸ਼ੋਪਿੰਗ। ਔਡਰ ਤੁਹਾਨੂੰ ਪਤਾ ਪਹਿਲੋਂ ਮੈਂ ਦੇ ਦਿੰਦਾ, ਬਾਕੀ ਰਮਨ ਭਾਈ ਤੋਂ ਆਇਓ ਮਿਲਦੇ, ਨਾਲੇ ਤੁਹਾਨੂੰ ਡਿਟੇਲ 'ਚ ਪੂਰੀ ਡਿਟੇਲ ਦੇਵਾਂਗੇ ਕਿੱਥੋਂ ਗੁੱਡੀ ਸਟਾਰਟ ਹੁੰਦੀ ਆ, ਮੈਂ ਕਿਹੜੀ ਕਿਹੜੀ ਗੁੱਡੀ ਰਖਾਈ ਆ, ਜਾਂ ਥੱਲੇ ਹੋਰ ਵੀ ਰਖੋੜੇ ਗੁੱਡੀ ਆ ਜਾਓ ਜੇ ਪਸੰਦ ਹੁੰਦੇ ਡਿਜ਼ਾਇਨ। ਆਇਓ ਰਮਨ ਭਾਈ, ਰਮਨ ਭਾਈ ਵੇਖੋ ਗੁੱਡੀ ਸਜਾਵਟ ਕਰਦੇ ਹੋਏ। ਹੋਰ ਰਮਨ ਭਾਈ ਕੀ ਆ ਜਾਣਦੇ, ਬਾਹਰ ਠੀਕ ਆ? ਵਧੀਆ ਵਧੀਆ, ਤੁਸੀਂ ਸੁਣਾਓ? ਬਾਹਰ ਵਧੀਆ। ਹੋਰ ਚਲੋ ਜੀ, ਹੁਣ ਦੱਸੋ ਗੁੱਡੀਆਂ, ਆਪਾਂ ਗੁੱਡੀ ਸ਼ੋਪਿੰਗ ਕਰਨਾ ਹੈ। ਤੁਹਾਨੂੰ ਮੋਡਲ ਤਾਂ ਪਹਿਲਾਂ ਦਿੱਤੇ ਵੀ ਹੋਏ ਥੋੜ੍ਹੇ ਜਿਹੇ, ਅਤੇ ਬਾਕੀ ਦੱਸੋ ਡਿਟੇਲ 'ਚ ਦੱਸੋ ਗੁੱਡੀ ਆਪਣੇ ਤੋਂ ਕਿਹੜੇ ਸਟਾਰਟ ਹੈਗੀ ਹੈ। ਪਹਿਲੀ ਗੁੱਡੀ ਗੁੱਡੀ ਆਪਣੀ 5 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ। 5 ਰੁਪਏ ਤੋਂ ਗੁੱਡੀ ਸਟਾਰਟ ਹੋ ਜਾਂਦੀ ਹੈ ਭਾਜੀ। 5 ਰੁਪਏ ਦੀ ਗੁੱਡੀ ਸਟਾਰਟਿੰਗ। ਗੁੱਡੀ ਦੀ ਚੈੱਕ ਕਰੋ ਯਾਰ, ਗੁੱਡੀ ਕਿਵੇਂ ਦੀ, ਕਿੱਡੀ ਸ਼ਾਨਦਾਰ ਲੱਗਣ ਦੀ ਆ, ਦੇਖੋ ਚੈੱਕ ਕਰੋ। ਨਾਲੇ ਭਾਜੀ ਕਾਪੀ ਪੈਨ ਲੈ ਲਓ ਅਤੇ ਨਾਲੇ ਲਿਖੀ ਜਾਇਓ ਕੀ ਹਿਸਾਬ ਆ, ਠੀਕ ਆ? ਬਿੱਲ ਵੀ ਬਣਾਉਣਾ ਤੁਹਾਨੂੰ ਦੱਸਣਾ ਵੀ ਆ, ਨਾਲ ਹੀ ਬਿੱਲ ਬਣਾਓ, ਠੀਕ ਆ ਜੀ? ਅਤੇ ਕਾਪੀ ਪੈਨ ਭਾਜੀ ਪਾਓ, ਬਾਕੀ ਵੇਖੋ ਡੈਕੋਰੇਸ਼ਨ ਤਾਂ ਬਹੁਤ ਵਧੀਆ ਕੀਤੀ ਹੋਈ ਆ, ਠੀਕ ਆ? ਅਤੇ ਨਜ਼ਾਰੇ ਵੇਖੋ ਤੰਗਾਂ ਦੇ, ਡੈਕੋਰੇਸ਼ਨ ਤਾਂ ਬੜੀ ਘੈਂਟ ਕੀਤੀ ਹੋਈ ਆ। ਭਾਜੀ 5 ਵਾਲੀ ਗੁੱਡੀ, 5 ਵਾਲੀ ਗੁੱਡੀ ਖੇਚੇ ਮਾਰਨ ਨੂੰ ਠੀਕ ਹੈਗੀ ਆ, 5 ਵਾਲੀ ਗੁੱਡੀ ਲੈਂਦੇ ਹਾਂ। ਮਤਲਬ ਕਿ 100 ਪੀਸ ਕਰ ਦਿਓ ਭਾਜੀ, 100 ਪੀਸ ਲੈਣੀ ਆ, 100 ਪੀਸ ਲੈਣੇ ਆ 5 ਵਾਲੀ ਗੁੱਡੀ। ਗੇਮ 100-100 ਪੀਸਾਂ 'ਚ ਜਾਊਗੀ। ਹੋਰ ਭਾਜੀ ਆਪਣੇ ਕੋਲ ਕਿਹੜੀ ਗੁੱਡੀ ਹੈਗੀ? ਹੋਰ ਉਸ ਤੋਂ ਬਾਅਦ ਆਪਣੀ ਹੁੰਦੀ ਆ ਬਰੇਲੀ ਦੀ, ਬਰੇਲੀ ਦੀ ਇਹ ਕੀ ਰੇਟ ਹੈਗਾ? 90 ਰੁਪਏ ਦਰਜਨ। ਚੈੱਕ ਕਰੋ 90 ਰੁਪਏ ਦਰਜਨ। ਕੁਆਲਿਟੀ ਵੇਖੋ, ਕੁਆਲਿਟੀ ਆ ਵੀ ਬਹੁਤ ਵਧੀਆ। ਇਹ 'ਚ ਭਾਜੀ ਡਿਜ਼ਾਇਨ ਮਿਲ ਜਾਣਗੇ, ਇਹ 'ਚ ਡਿਜ਼ਾਇਨ ਵੀ ਚੈੱਕ ਕਰੋ, ਡਿਜ਼ਾਇਨ ਬੜੇ ਹੈਗੇ ਨੇ ਇਹ 'ਚ, ਸਾਰੇ ਡਿਜ਼ਾਇਨ ਹੀ ਹੈਗੇ। ਚੈੱਕ ਕਰੋ ਰਾਮਪੁਰੀ, ਚੈੱਕ ਕਰੋ ਇਹ ਵੀ ਗੁੱਡੀ, ਗੁੱਡੀ ਸ਼ਾਨਦਾਰ ਹੈਗੀ ਆ, 120 ਰੁਪਏ ਦਰਜਨ। ਤੇ ਹੋਰ ਭਾਜੀ ਆਪਣੇ ਕੋਲ ਤੋਂ ਪ੍ਰਿੰਟਡ ਹੈ ਉਹ, ਚੈੱਕ ਕਰੋ ਕਨੇਡਾ, ਜਿਹਨੂੰ ਕਨੇਡਾ ਵਾਲੀ ਗੁੱਡੀ ਪਸੰਦ ਆ ਉਹਨੂੰ ਆ ਝੰਡਿਆਂ ਵਾਲੀ ਗੁੱਡੀ ਪੂਰੀ ਬਣਾਈ। ਇਹ 30 ਰੁਪਏ ਦਰਜਨ ਹੈਗੀ ਭਾਜੀ, 150 ਰੁਪਏ ਦਰਜਨ ਹੈਗੀ ਜੇ ਪ੍ਰਿੰਟਡ ਗੁੱਡੀ। ਹੋਰ ਭਾਜੀ ਇਹਦੇ ਵਿੱਚ ਆਪਣੇ ਕੋਲ ਛੱਜ ਆ ਜਾਣਗੇ, ਸਿਲਾਈ ਛੱਜ, ਇਹ ਵੀ 10 ਰੁਪਏ ਪਰ ਪੀਸ ਕੇ ਕੀ ਹਿਸਾਬ ਹੈ? ਇਹ ਤਾਂ ਸਿਲਾਈ ਵਾਲੀ ਹੈਗੀ ਹੈ। ₹150 ਦਰਜਨ ਦੇਣੀ ਓਦਾਂ, ਠੀਕ ਆ? ਬਾਕੀ ਹੋਰ ਭਾਜੀ ਹੋਰ
ਬਰੇਲੀ ਦੀ ਗੁੱਡੀ ਆ ਜਾਂਦੀ ਜੀ ਆ ਵੀ ਇਹ ਕੀ ਰੇਟ ਹੈਗਾ ਭਾਜੀ 120 ਰੁਪਏ ਦਰਜਨ ਆ ਵੀ ਇਹ ਵੀ ਗੁੱਡੀ ਚ ਡਿਜ਼ਾਇਨ ਵਾਧੂ ਹੈਗੇ ਚ ਡਿਜ਼ਾਇਨ ਦਿਖਾਇਓ ਭਾਜੀ ਡਿਜ਼ਾਇਨ ਹੀ ਡਿਜ਼ਾਇਨ ਆ ਲੈਣ ਸਾਰੀ ਭਰੀ ਹੋਈ ਡਿਜ਼ਾਇਨਾਂ ਨਾਲ ਚੈੱਕ ਕਰੋ ਉਸ ਤੋਂ ਬਾਅਦ ਆਉਂਦੀ ਆ ਆਪਣੀ ਪੰਜਾਬੀ ਪੌਣੀ ਜਿਹਨੂੰ ਕਹਿੰਦੇ ਪੌਣੀ ਗੁੱਡੀ ਪੌਣੀ ਤੁਹਾਨੂੰ ਪਤਾ ਲੋਕੀ ਸਾਰੇ ਡੋਨਾ ਪਸੰਦ ਕਰਦੇ ਹੀ ਆ ਬਿਲਕੁਲ ਬਿਲਕੁਲ ਪਰ ਗੁੱਡੀ ਇਹ ਵੀ ਇਹ ਕੀ ਦਰਜਨ ਭਾਜੀ 120 ਰੁਪਏ ਦਰਜਨ ਦੇ ਰਹੇ 120 ਰੁਪਏ ਦਰਜਨ ਕਿਆ ਬਾਤ ਇਹ ਵੀ ਸਸਤੀ ਦੇ ਤੇ ਉਹ ਦਿਆਲ ਦੀ ਪਰੀ ਆ ਜਾਂਦੀ ਆ ਦਿਆਲ ਦੀ ਪਰੀ ਪਰੀ ਵਾਲੀ ਗੁੱਡੀਆਂ ਵੈਸੇ ਕਈਆਂ ਨੂੰ ਯਾਰ ਪੂਜਾ ਵਾਲੀ ਗੁੱਡੀ ਵੈਸੇ ਬੜੀ ਪਸੰਦ ਆ ਇਹ ਕਿੰਨੇ ਭਾਜੀ 170 ਰੁਪਏ ਦਰਜਨ ਕਿਆ ਬਾਤ ਹੈ ਯਾਰ 180 ਰੁਪਏ ਅੱਛਾ ਬਾਹਰੋਂ ਕਹਿੰਦੇ 180 ਰੁਪਏ ਦੀ ਮਿਲਦੀ ਅਸੀਂ ਓਫਰ ਲਾ ਤਾ ਤੇਰੇ ਕਰਕੇ ਕਹਿੰਦੇ 170 ਰੁਪਏ ਦੇਵਾਂਗੇ ਚੈੱਕ ਕਰੋ ਪਰੀਆ ਚ ਵੀ ਵੇਖੋ ਡਿਜ਼ਾਈਨ ਵੇਖੋ ਤੇ ਹੋਰ ਭਾਜੀ ਬਾਕੀ ਮੈਂ ਆਪਣੀ ਪੌਣੀ ਜਿਹੜੀ ਰਖਾਈ ਓਡਰ ਤੇ ਉਹ ਮੈਂ ਪੌਣੀ ਯਾਰ ਤੁਹਾਨੂੰ ਦਿਖਾਉਣਾ ਭਾਈ ਆਪ ਦੱਸਣਗੇ ਠੀਕ ਆ ਉਹ ਵੀ ਮੈਂ ਸਪੈਸ਼ਲ ਬਣਾਈ ਤੁਹਾਨੂੰ ਪਤਾ ਗਰਮੀ 'ਚ ਮੈਂ ਬਣਾਉਂਦਾ ਗੁੱਡੀ ਉਹ ਤੁਹਾਨੂੰ ਆਏ ਦਿਖਾਉਂਦੇ ਹਾਂ ਇਹ 'ਚ ਵੀ ਬੜੀਆਂ ਵਰਾਇਟੀਆਂ ਹੈਗੀਆਂ ਇਹ 'ਚ ਜਿਹੜੀ ਭਾਈ ਦਾ ਆਪਣਾ ਕਰੀਗਰ ਉਹਦੀ ਮੈਂ ਬਣਾਉਂਦਾ ਪੌਣੀ ਆਹ ਕਿਹਦੀ ਭਾਜੀ ਓਮੀ ਦੀ ਕੀ ਰੇਟ ਹੈਗਾ ਭਾਜੀ ਇਹਦਾ 180 ਰੁਪਏ ਦਰਜਨ ਪਿਛਲੇ ਸਾਲ ਵਾਲਾ ਰੇਟ ਯਾਰ ਰਖਾਈ ਹੋਈ ਆ ਥੋੜੇ ਉਹ ਤੁਹਾਨੂੰ ਦਿਖਾਵਾਂਗੇ ਕੱਢ ਕੇ ਪਰ ਤੁਹਾਡੇ ਤਾਂ ਤੁਹਾਨੂੰ ਤਾਂ ਦੱਸਣ ਕਿਉਂਕਿ ਉਹ ਗੁੱਡੀ ਦਾ ਯਾਰ 250 ਗੁੱਡੀ ਰਖਾਈ ਆਪਾਂ ਠੀਕ ਆ ਇਹ ਤੁਹਾਨੂੰ ਦੱਸਣ ਰੇਟ ਬਸ ਰੇਟ ਤੇ ਓਡਰ ਆਪਣਾ ਦੱਸਣ ਕਿਹੜਾ ਕਿਹੜਾ ਮੈਂ ਓਡਰ ਦਿੱਤਾ ਹੋਇਆ ਬਾਕੀ ਹੋਰ ਭਾਜੀ ਆਹ ਕਿਹੜੇ ਹੈਗੇ ਇਹ ਵੀ ਆਪਣੀ ਹੈ ਇਹਦੇ ਵਿੱਚ ਪੋਸ਼ ਬਣਾਈ ਆਪਾਂ ਪਰੀ ਬਣਵਾਈ ਹੋਈ ਹੈ ਅੱਛਾ ਅੱਛਾ ਇਹ ਵੀ ਆਪਣੇ ਕਾਰੀਗਰ ਦੀ ਹੈ ਇਹ ਕੀ ਰੇਟ ਹੈਗਾ ਭਾਜੀ ਸੇਮ ਇੱਕੋ ਸੇਮ ਰੇਟ ਕਿਆ ਬਾਤ ਹੈ ਯਾਰ ਜਿਹਨੂੰ ਪੂਛ ਵਾਲੀ ਪਸੰਦ ਉਹ ਪੂਛ ਵਾਲੀ ਗੁੱਡੀ ਲੈ ਲੈ ਚਾਲੀ ਤੋਂ ਸਟਾਰਟ ਹੋ ਜਾਂਦੀ ਆ ਜੋ ਤੁਹਾਨੂੰ ਦਿਖਾਉਂਦੇ ਆ ਪੰਜਾਹ ਰੁਪਏ ਵਾਲੀ ਜਿਹੜੀ ਮੈਂ ਲੈਣਾ
ਉਹ ਭਾਈ ਉਹ ਦਿਖਾਏ ਭਾਈ ਮੈਂ ਉਧਰ ਕਰਾਈ ਹੋਈ ਤੁਹਾਡੀ ਕਿਆ ਕਰੋ ਆਪ ਤੰਗ ਦਾ ਭਾਜੀ ਰੇਟ ਦੱਸੋ ਹੁਣ ਵਾਲਾ 60 ਰੁਪਏ ਰੇਟ ਹੈਗਾ ਜੀ ਠੀਕ ਆ ਮੇਰੀ ਨਾ ਭਾਜੀ ਦੋ ਸੌ ਤੰਗ ਲੈ ਜਿਹੜਾ ਭਾਈ ਨੂੰ ਮੈਂ ਆਰਡਰ ਦਿੱਤਾ ਹੋਇਆ 200 ਤੰਗ ਦਾ ਉਹ ਤੁਹਾਨੂੰ ਦੱਸਾਂਗੇ ਮੈਂ ਥੋੜ੍ਹਾ ਜਿਹਾ ਮੈਨੂੰ ਰੇਟ ਘੱਟ ਵੀ ਆ ਪਰ ਹੁਣ ਰੇਟ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤੰਗਾਂ ਦਾ ਠੀਕ ਆ ਜੀ ਆਹ ਨਹੀਂ ਤੰਗ ਆ ਜੀ ਇਹ 'ਚ ਤੁਹਾਨੂੰ ਡਿਜ਼ਾਇਨ ਲਾਸਟ 'ਚ ਦਿਖਾਉਂਦਾ ਕਿਹੜਾ ਕਿਹੜਾ ਆਰਡਰ ਮੇਰਾ ਪੈਕ ਹੋਇਆ ਵਾ ਠੀਕ ਆ ਆ ਜਾਓ ਭਾਜੀ ਫਿਰ ਪਤੰਗਾਂ 200 ਤੰਗ ਕਹਿਤੀ ਆ ਭਾਜੀ ਨੂੰ ਠੀਕ ਆ ਭਾਜੀ ਲਿਖ ਲਓ ਤਾਵੀ ਆ ਜਾਂਦੀ ਤਾਵੀ ਚੈੱਕ ਕਰੋ ਤਾਵੀ ਸੋਨੂ ਕੀ ਇਹ ਕੀ ਰੇਟ ਹੈਗਾ ਭਾਜੀ 360 ਰੁਪਏ ਦਰਜਨ ਇਹਦੇ ਹੋਰ ਓਮੀ ਵੀ ਆ ਜਾਂਦਾ ਹੈ ਚੈੱਕ ਕਰੋ ਓਮੀ ਦੀ ਹੁੰਦੀ ਅਤੇ ਆਹ ਭਾਜੀ ਇਹ ਚ ਇਹ ਆਪਣੀ ਕਾਰੀਗਰ ਦੀ ਭਾਜੀ ਦੇ ਇਹਦੇ ਭਾਜੀ ਮੇਰੇ 32 ਪੀਸ ਲਿਖ ਲਓ 32 ਪੀਸ ਇਹ 'ਚ ਮੈਨੂੰ ਮੈਂ ਡਿਜ਼ਾਇਨ ਚੂਜ਼ ਕਰ ਲੈਂਦਾ ਫਿਰ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਲਿੱਤੇ ਲਾਸਟ 'ਤੇ ਤੁਹਾਨੂੰ ਪਤਾ ਕੋਈ ਹੈ ਨਹੀਂ ਆਪਾਂ ਸਾਰੀ ਲਾਸਟ 'ਤੇ ਗੁੱਡੀ ਘਰੇ ਜਾ ਕੇ ਦਿਖਾਵਾਂਗੇ ਕਿ ਕੀ ਲਿੱਤਾ ਸੀ ਠੀਕ ਹੈ ਬਾਕੀ ਭਾਜੀ ਦਿਖਾਓ ਹੋਰ ਉਸ ਤੋਂ ਬਾਅਦ ਆਪਣੇ ਕੋਲ ਡੇਢ ਤਾਵੀ ਹੁੰਦੀ ਆ ਇਹ ਕੀ ਰੇਟ ਹੈਗਾ ਭਾਜੀ 35 ਰੁਪਏ ਪੀਸ ਹੈ 35 ਰੁਪਏ ਪੀਸ ਹੈਗਾ ਜੀ ਇਹ 'ਚ ਵੀ ਡਿਜ਼ਾਇਨ ਤੁਹਾਨੂੰ ਵਾਧੂ ਮਿਲ ਜਾਣਗੇ ਠੀਕ ਆ ਛੱਜ ਵਾਲੇ ਛੱਜ ਨੂੰ ਪਸੰਦ ਕਰਦੇ ਜਿਹੜੇ ਛੱਜ 'ਚ ਵੀ ਇਹ 'ਚ ਦਿਖਾ ਦਿਓ ਭਾਜੀ ਡਿਜ਼ਾਇਨ ਆਪਕੋ ਸਾਰਾ ਡਿਜ਼ਾਇਨ ਹੀ ਹੈ ਜੀ ਠੀਕ ਹੈ ਚੈੱਕ ਕਰ ਲਓ ਚਲੋ ਜੀ ਮੱਛੀ ਵੀ ਆ ਗਈ ਜੇ ਮੱਛੀ ਵਾਲੀ ਗੁੱਡੀ ਜਿਹਨੂੰ ਪਸੰਦ ਆ ਮੱਛੀ ਵਾਲੀ ਲਿਆ ਸਕਦਾ ਬਟਰ ਪੇਪਰ 'ਚ ਕੀ ਰੇਟ ਹੈਗਾ ਭਾਜੀ ਸੇਮ ਰੇਟ ਹੀ ਹੈ ਸੇਮ ਰੇਟ ਹੈਗਾ ਠੀਕ ਹੈ ਜੀ ਯਾਰ ਅਸੀਂ ਜਲਦੀ ਜਲਦੀ ਕਰਨਾ ਕਿ ਜਦ ਵੱਡੀ ਵੀਡੀਓ ਨਾ ਹੋਵੇ ਤੁਹਾਨੂੰ ਰੇਟ ਦੱਸੀ ਜਾਈਏ ਠੀਕ ਆ ਨਾਲ ਨਾਲ ਭਾਜੀ ਡੇਢ ਤਾਵੀ ਆ ਜਾਂਦੀ ਜੇ ਚੈੱਕ ਕਰੋ ਇਹ ਕੀ ਰੇਟ ਭਾਜੀ 600 ਰੁਪਏ ਦਰਜਨ ਕਿਆ ਬਾਤ ਹੈ ਕੁਆਲਿਟੀ ਚੈੱਕ ਕਰੋ ਕੁਆਲਿਟੀ ਬੜੀ ਘੈਂਟ ਜੀ ਬਾਕੀ ਇਹ 'ਚ ਵੀ ਡਿਜ਼ਾਇਨ ਬਹੁਤ ਜ਼ਿਆਦਾ ਮਿਲ ਜਾਣਗੇ ਆਪਣੇ ਨੂੰ ਚੈੱਕ ਕਰੋ ਡਿਜ਼ਾਇਨ ਹੋਰ ਭਾਜੀ ਛੱਜ ਵੀ ਹੈਗਾ ਜੇ ਚੈੱਕ ਕਰੋ ਛੱਜ ਵਾਲੇ ਬੂਟੇ ਇਹ ਵੀ ਕੀ ਰੇਟ ਹੈਗਾ ਭਾਜੀ ਪੂਛ ਵੀ ਤੇ ਛੱਜ ਵੀ ਆ ਚੈੱਕ ਕਰੋ ਓਹੋ ਆਹ ਵੀ ਡਿਜ਼ਾਇਨ ਕਿੱਡਾ ਸੋਹਣਾ ਲੱਗਦਾ ਹੈ ਕੰਬੀਨੇਸ਼ਨ ਵੇਖੋ ਕਲਰ ਦਾ ਬੜਾ ਵਧੀਆ ਕੀਤਾ ਹੋਇਆ ਓਹੋ ਚੈੱਕ ਕਰੋ ਡੱਬੀ ਉਹ ਸੱਚ ਡੱਬੀ ਵਾਲੀ ਗੁੱਡੀ ਤੇ ਅੱਡੀ ਰਹਿ ਗਈ ਭਾਈ ਉਹ ਵੀ ਦੱਸਣਾ ਡੱਬੀ ਵਾਲੀ ਗੁੱਡੀ ਦਾ ਕੀ ਰੇਟ ਹੈ 120 ਰੁਪਏ ਦਰਜਨ ਉਹ ਵੀ ਭਾਜੀ ਮੇਰੀ ਲਿਖ ਲਓ 200 ਪੀਸ ਉਹਦੇ ਲਿਖ ਲਓ ਡੱਬੀ ਵਾਲੀ ਗੁੱਡੀ ਦੇ ਇਹਦੇ ਕਿੰਨੇ ਪੀਸ ਲਿਖੀਏ ਇਹਦੇ ਭਾਜੀ ਇਹ ਨਹੀਂ ਲੈਣੀ ਡੇਢ ਤਾਵੀ ਨਹੀਂ ਲੈਣਾ ਤਾਵੀ ਲੈ ਲਈ ਆ ਜਿਹੜੇ 32 ਪੀਸ ਲੈਣੇ ਸੀ ਠੀਕ ਆ 200 ਪੀਸ ਡੱਬੀ ਵਾਲੀ ਹਾਂਜੀ ਹਾਂਜੀ ਤੇ ਬਾਕੀ ਹੋਰ ਆ ਮਛਲੇ ਇਹ ਕਿੰਨੇ ਭਾਜੀ ਤਾਵੇ ਦੇ ਕੀ ਰੇਟ ਹੈਗਾ ਭਾਜੀ ਇਹਦਾ 150 ਰੁਪਏ ਪਰ ਪੀਸ ਹੈਗਾ ਜੀ ਇਹ 'ਚ ਵੀ ਡਿਜ਼ਾਇਨ ਆਪਾਂ ਨੂੰ ਵਾਧੂ ਮਿਲ ਜਾਣਗੇ ਚੈੱਕ ਕਰਾਓ
ਇਹ ਮੇਰਾ ਵਲੋਗ ਵੀ ਪਿਆ ਹੋਇਆ ਉਹ 'ਚ ਵੀ ਵੇਖ ਲਿਓ ਠੀਕ ਆ ਜੀ ਇਹਦੇ ਡਿਜ਼ਾਇਨ ਬੜੇ ਆ ਹੋਰ ਭਾਅ ਜੀ ਆ ਛੋਟੇ ਮੱਛੇ ਇਹ ਵੀ ਸੋਨੋ ਪੈ ਜਾਂਦੀ ਆ ਜੀ ਉਹ 3 ਤਾਂ ਵੀ ਹੈ ਜੀ ਇਹ 1.5 ਤਾਂ ਵੀ ਇਹ 1.5 ਤਾਂ ਵੀ ਮੱਛੀ ਇਹ ਕੀ ਰੇਟ ਆ ਇਹ 70 ਰੁਪਏ ਪੀਸ ਹੈ ਜੀ 70 ਰੁਪਏ ਪਰ ਪੀਸ ਕੀ ਬਾਤ ਹੈ ਹੋਰ ਭਾਅ ਜੀ 3 ਤਾਵੇ ਬਟਰ ਪੇਪਰ ਦਾ ਉਸ ਤੋਂ ਬਾਅਦ ਬਟਰ ਪੇਪਰ 3 ਤਾਵਾ ਆ ਜੂਗਾ ਜੀ ਆਪਣੇ ਕੋਲ ਠੀਕ ਆ ਬਾਕੀ ਹੋਰ 4 ਤਾਵੇ ਆ ਗਏ ਸੋਨੂ ਪੀਆਂ ਦੇ ਵੀ ਹੈਗੇ ਜੀ ਇਹ ਚੋ ਵੀ ਅਸੀਂ ਥੋੜੇ ਬੀਜ ਰਖਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਪਰ ਪੀਸ 4 ਤਾਵਾ ਕਿਆ ਬਾਤ ਹੈ ਬਾਕੀ ਭਾਈ ਮੈਂ ਜਿਹੜੇ ਵੇਖਣ ਡਿਆ ਡਿਜ਼ਾਈਨ ਪਾਕਿਸਤਾਨੀ ਉਹ ਲੱਗੇ ਹੋਏ ਆ ਚੈੱਕ ਕਰੋ ਪਾਕਿਸਤਾਨੀ ਕੋਈ 150 ਆ 120 ਆ 3 ਤਾਂ ਵਾ ਹਾਂ 3 ਤਾਂ ਵਾ ਚੈੱਕ ਕਰੋ ਸਾਰੇ ਮੱਖੋ ਉੱਤੇ ਦਰਾਂਦੇ ਤੋਂ ਆਪਣੇ ਤੋਂ ਬਾਅਦ ਆਏ ਨੇ 6 ਤਾਂ ਵੀ 6 ਤਾਂ ਵੀ ਆ ਜਾਂਦੇ ਜੀ 6 ਤਾਂ ਵੀ ਦੇਣਾ ਪਹਿਲਾ ਬਲੌਗ ਪਾਇਆ ਆ ਚ ਤੁਹਾਨੂੰ ਦਿਖਾਏ ਹੋਏ ਆ ਡਿਜ਼ਾਈਨ ਇਹ ਚ ਵੀ ਹੈਗੇ ਆ ਇਹਦੇ ਆਪਾਂ ਲੈਣੇ ਆ 3 ਕੁ ਪੀਸ ਲੈ ਲਾਂਗੇ ਉਹ ਵੀ ਮੇਰੇ ਕੋਲ ਪਿਛਲੇ ਵੀ ਪਏ ਹੋਏ ਆ ਤੁਹਾਨੂੰ ਸਾਰੇ ਲਾ ਕੇ ਦਿਖਾਵਾਂਗੇ ਠੀਕ ਆ 250 ਰੁਪਏ ਦਾ ਪਰ ਪੀਸ ਹੈਗਾ ਜੀ ਕਿੰਨੇ ਪੀਸ ਲੈਣ 3 ਪੀਸ ਲੈ ਲਓ ਤੇ ਹੋਰ ਭਾਜੀ ਤੋਂ ਬਾਅਦ ਆਪਣੇ ਤੋਂ ਪੇਪਰ ਵਾਲੇ ਵੀ ਆ ਜਾਣਗੇ 200 ਰੁਪਏ ਦਾ ਪੀਸ ਹੈ ਉਹ 200 ਰੁਪਏ ਦਾ ਪੀਸ ਹੈ ਜਿਹੜਾ ਉਹਦੇ ਹਾਂ ਅੱਛਾ ਉਹ 200 ਰੁਪਏ ਪਰ ਪੀਸ ਹੋਣਗੇ ਕਹਿੰਦੇ ਉਹ ਵੱਡੇ ਕਾਗਜ਼ ਵਾਲੇ ਤੇ ਬਾਕੀ ਤੁਹਾਨੂੰ ਹੋਰ ਦਿਖਾਉਂਦੇ ਆ ਠੀਕ ਆ ਇੱਧਰ ਆਇਓ ਤੁਹਾਨੂੰ ਸੱਚ ਡੱਬੀ ਵਾਲੀ ਗੁੱਡੀ ਕਿੱਥੇ ਆ ਡੱਬੀ ਵਾਲੀ ਗੁੱਡੀ ਦੇ ਆ ਵੀਰ ਅਮਨ ਵੀਰ ਆਪਣਾ ਨਾਲ ਹੀ ਹੁੰਦਾ ਜਦੋਂ ਵੇਖੋ ਠੀਕ ਆ ਬਾਕੀ ਡੱਬੀ ਵਾਲੀ ਗੁੱਡੀ ਆ ਚੈੱਕ ਕਰੋ ਇਹਦੇ ਆਪਾਂ ਰੱਖਾਏ ਆ 200 ਪੀਸ ਠੀਕ ਆ ਜੀ ਚੈੱਕ ਕਰੋ ਗੁੱਡੀ ਦੀ ਕੁਆਲਿਟੀ ਬਾਕੀ ਤੁਹਾਨੂੰ ਯਾਰ ਆਪਾਂ ਜਿਹੜਾ ਆਪਣਾ ਓਰਡਰ ਹੈਗਾ ਸਪੈਸ਼ਲ ਜਿਹੜੇ ਆਪਣੇ ਡਿਜ਼ਾਈਨਿੰਗ ਵਾਲੇ ਗੁੱਡੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਓਰਡਰ ਕਰਾਏ ਹੋਏ ਆ ਉਹ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਉਣਾ ਹੈ ਭਾਜੀ ਦੇ ਨਾਲ ਜੇ ਭਾਜੀ ਜਾਣਗੇ ਠੀਕ ਆ ਨਹੀਂ ਤਾਂ ਮੈਂ ਤੁਹਾਨੂੰ ਆਪਣੀ ਸਾਰੀ ਗੁੱਡੀ ਪੈਕ ਦਿਖਾਉਂਗਾ ਬਿੱਲ ਤੁਹਾਨੂੰ ਹੁਣੇ ਬਣਾਉਂਦੇ ਹਾਂ ਆਪਾਂ ਤਾਂ ਫਿਰ ਤੁਹਾਨੂੰ ਦੱਸਦੇ ਹਾਂ ਥੱਲੇ ਹੋਰ ਵੀ ਗੁੱਡੀ ਲੈਣੀ ਤੁਹਾਨੂੰ ਦੱਸਦੇ ਹਾਂ ਆਪਾਂ ਹੌਲੀ ਹੌਲੀ ਠੀਕ ਆ ਬਾਕੀ ਕਰਦੇ ਹਾਂ 2 ਮਿੰਟ ਬਾਅਦ ਉਹ ਜੀ ਹੁਣ ਵੱਡੀਆਂ ਕੱਲਾ ਆ ਗਈਆਂ ਅਮਨ ਵੀਰ ਨੇ ਚੈੱਕ ਕਰੋ ਖੜੀਆਂ ਇਹਦੇ ਵਿੱਚ ਵੀ ਆਪਣੇ 2 ਕੁ ਪੀਸ ਹੈਗੇ ਆ ਉਹ ਠੀਕ ਆ ਇੱਕ ਆਪਣਾ ਆਹ ਪੀਸ ਰੱਖ ਲੈਂਦੇ ਹਾਂ ਠੀਕ ਆ ਇਹ ਕੀ ਰੇਟ ਹੈਗਾ ਭਾਜੀ 500 ਰੁਪਏ ਦਾ ਪਰ ਪੀਸ ਜੇ ਚੈੱਕ ਕਰੋ ਇੱਕ ਰੱਖ ਲੈਂਦੇ ਆਪਾਂ ਠੀਕ ਆ ਇਹ ਬਾਕੀ ਯਾਰ ਆਪਣੀ ਭਾਈ ਲਿਖੋਗੀ ਬਾਕੀ ਭਾਜੀ ਥੋੜ੍ਹਾ ਜਿਹਾ ਉੱਪਰ ਜਾ ਕੇ ਆਪਣੀ ਥੋੜ੍ਹੀ ਜਿਹੜੀ ਮੇਰੀ ਨੋਰਮਲ ਗੁੱਡੀ ਪੈਕ ਕੀਤੀ ਹੋਈ ਆ ਉਹ ਥੋੜ੍ਹੀ ਦਿਖਾ ਦਈਏ ਉਹਨਾਂ ਨੂੰ ਫਿਰ ਅਸੀਂ ਬਿੱਲ ਬਣਾਉਂਦੇ ਹਾਂ ਕੀ ਹਿਸਾਬ ਆ ਤੁਹਾਨੂੰ ਪਤਾ ਦਿਖਾ ਦਾਂਗੇ ਤੁਹਾਨੂੰ ਬਿੱਲ ਜਿਹੜਾ ਮੈਨੂੰ ਰੇਟ ਲੱਗਾ ਹੋਇਆ ਮੈਂ ਉਹੀ ਬਿੱਲ ਬਣਵਾਉਂਗਾ ਕੋਈ ਇੱਦਾਂ ਨਹੀਂ ਠੀਕ ਆ ਬਾਕੀ ਯਾਰ ਅਮਨ ਵੀਰ ਨੇ ਚੈੱਕ ਕਰੋ ਕਿੱਡੀ ਸੋਹਣੀ ਲੱਗਦੀ ਪਈ ਆ ਪਤੰਗ ਵਾਲੀ ਤੁਹਾਨੂੰ ਸ਼ੌਕ ਪੈ ਗਿਆ ਪਤੰਗਾਂ ਦਾ ਆਇਓ ਭਾਜੀ ਰਮਨ ਭਾਈ ਫਿਰ ਉੱਪਰ ਗੁੱਡੀਆਂ ਦਿਖਾ ਦਈਏ ਆਪਾਂ ਤੋੜੀਆਂ ਜੀ
ਕਰਦੇ ਹਾਂ ਤੁਹਾਨੂੰ ਦਿਖਾਉਂਦੇ ਉੱਪਰ ਜਾ ਕੇ। ਚਲੋ ਜੀ ਹੁਣ ਆਪਾਂ ਉੱਪਰ ਆ ਗਏ ਹਾਂ। ਆਹ ਸਾਰੀ ਜਿਹੜੀ ਪਤੰਗ ਵੇਚਦੇ ਪਏ ਨਾ, ਇਹ ਸਾਰੀ ਸਾਡੀ ਪੈਕ ਹੋਈ ਪਈ ਆ, ਠੀਕ ਆ। ਚੈੱਕ ਕਰੋ ਆਹ ਆਪਣੀ ਸਾਰੀ ਗੁੱਡੀ ਪੈਕ ਹੋਈ ਪਈ ਆ। ਤੁਹਾਨੂੰ ਪਹਿਲਾਂ ਕਿਹਾ ਸੀ ਉਹ ਐਤਕੀ ਮੈਂ ਪਹਿਲਾਂ ਸਪੈਸ਼ਲ ਗੁੱਡੀ ਪੈਕ ਕਰਾ ਲਈ ਸੀ ਆਪਣੀ, ਠੀਕ ਆ। ਆਹ ਵੀ ਭੋਲੀ ਦਿਖਣਾ ਆਪਣਾ ਜੇ, ਇੱਧਰ ਚੈੱਕ ਕਰੋ ਇਹਦੇ ਵਿੱਚ ਲੱਗੀਆਂ ਹੋਈਆਂ। ਇਹ ਕੋਈ ਗੱਲ ਨਹੀਂ, ਪੋਲੀਥੀਨ ਤੁਹਾਨੂੰ ਪੂਰੇ ਕਰਕੇ ਹੋਵੇ। ਆਹ ਵੀ ਗੁੱਡੇ ਆਪਣੇ ਜੇ, ਠੀਕ ਹੈ। ਆਹ ਵਾਲੀ ਪੋਣੀ ਆਪਣੀ ਜੇ, ਆਹ ਵੀ ਆਪਣੀ ਜੇ, ਆਹ ਡੱਬੀ ਵਾਲੀ ਗੁੱਡੀ ਜੇ ਹੈ। ਇੱਕ ਹੋਰ ਸਪੈਸ਼ਲ ਚੀਜ਼ ਆਹ ਅਮਨਵੀਰ ਦੀ ਗੁੱਡੀ ਵੀ ਚੈੱਕ ਕਰ ਲਓ। ਉਹ ਸਾਰੇ ਗੁੱਡੇ ਜਿਹੜੇ ਅਮਨ ਥੋੜ੍ਹਾ ਜਿਹਾ ਦਿਖਾ ਲਏ ਅੱਗੇ ਆ ਕੇ ਆਪਣੇ। ਅਤੇ ਇੱਕ ਆਪਣਾ ਸਪਰਾਈ ਆਹ ਵੇਖੋ, ਇੱਧਰ ਚੈੱਕ ਕਰਾਓ, ਇਹ ਵੀ ਆਪਣਾ ਜੀ ਸਨੇਕ ਵਾਲਾ। ਇਹਦੇ ਥੱਲੇ ਲਪੂਛ ਲੱਗਣੀ, ਠੀਕ ਆ। ਇਹਦੇ ਵਿੱਚ ਛੋਟਾ ਵੀ ਹੈਗਾ ਜੀ, ਚੈੱਕ ਕਰੋ। ਇਹ ਵੀ ਗੁੱਡੀ ਉੱਤੇ ਰੱਖੀ ਸਪੈਸ਼ਲ ਤਾਂ ਕਰਕੇ ਭਾਜੀ ਨੇ ਮੇਰੇ ਓਡਰ 'ਤੇ ਬਣਾਈ ਹੋਈ ਹੈ। ਇਹ ਤੁਹਾਨੂੰ ਪਤਾ ਇਹ ਗੰਨੂ ਵੀਰ ਦੇ ਹੈਗੇ ਆ, ਠੀਕ ਆ। ਇਹ ਵੀ ਗੁੱਡੇ ਆਪਣੇ ਇਹਨਾਂ ਦਾ ਹਲੇ ਬਿੱਲ 'ਚ ਐਡ ਨਹੀਂ ਕੀਤਾ ਹਲੇ। ਆਹ ਗੁੱਡਾ ਚੈੱਕ ਕਰੋ ਆਪਣਾ ਤਿੰਨਾਂ ਦਾ। ਬਾਕੀ ਇੱਕ ਹੋਰ ਹੈਗਾ ਪੇਟ ਵਾਲਾ ਗੁੱਡਾ, ਚੈੱਕ ਕਰੋ ਪੇਂਟ ਵਾਲਾ ਗੁੱਡਾ। ਹੈਪੀ ਲੋਹੜੀ ਲਿਖਿਆ ਹੋਇਆ ਜੀ, ਕਿੰਨਾ ਸੋਹਣਾ। ਇਹ ਤੁਹਾਨੂੰ ਪਤਾ ਕਿਹਦਾ, ਗੰਨੂ ਵੀਰ ਦਾ ਹੈਗਾ। ਇਹ ਮੈਂ ਲੈ ਗਏ ਰੱਖੇ ਹੋਏ ਆ, ਵੇਖੋ ਚੈੱਕ ਕਰੋ। ਬਾਕੀ ਹੋਰ ਵੀ ਗੁੱਡੀ ਹੈਗੀ ਆ, ਤੁਹਾਨੂੰ ਹੁਣ ਬਿੱਲ ਬਣਾਉਂਦੇ ਹਾਂ ਜਾ ਕੇ ਰਮਨ ਭਾਈ। ਸਾਰੀ ਆਪਣੀ ਬੁੱਕ ਹੋਈ ਪਈ ਗੁੱਡੀ ਆ, ਉਹ ਅਮਨ ਵੀਰ ਦੇ ਉੱਧਰ ਹੈ। ਆਹ ਮੇਰੇ ਆਪਣੇ ਫਰੈਂਡ ਦੇ ਹੈਗੇ ਆ, ਉਹ ਵੀ ਉਹ ਜਿੰਨੇ ਵੀ ਗੁੱਡੇ ਤਿੰਨ ਤਾਵੇ ਉਹ ਜਿਹੜੇ ਉਹ ਅਮਨ ਵੀਰ ਦੇ ਹੈਗੇ ਆ ਪਤੰਗਾਂ ਵਿੱਚ, ਠੀਕ ਆ। ਅਤੇ ਆਪਣੀ ਹਲੇ 6 ਤਾਵੇ ਰਹਿ ਗਏ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਇਹ 3 ਤਾਵੇ ਵਿੱਚ ਹੈਗੇ, ਇਹਦੇ ਥੋੜ੍ਹੇ ਹਲੇ ਹੋਰ ਸਿਲੈਕਟ ਕਰਨੀ ਆ। ਆਹ ਸਾਰੀ ਆਪਣੀ ਮਤਲਬ ਕਿ ਗੁੱਡੀ ਹੈਗੀ ਆ, ਇਹ ਬੁਕਿੰਗ ਹੋਈ ਪਈ ਆ, ਠੀਕ ਆ। ਬਾਕੀ ਆ ਥੋੜ੍ਹੇ ਨੱਗ ਹੈਗੇ ਆ, ਅਤੇ ਭਾਈ ਰਮਨ ਭਾਈ ਤੁਹਾਨੂੰ ਬਿੱਲ ਬਣਾ ਕੇ ਦਿਖਾਉਣਗੇ, ਉਹ ਤੁਹਾਨੂੰ ਥੱਲੇ ਦਿਖਾਉਂਦੇ ਆਪਾਂ, ਠੀਕ ਹੈ ਜੀ। ਚਲੋ ਜੀ ਹੁਣ ਬਿੱਲ ਦੀ ਵਾਰੀ ਆ ਗਈ ਆ ਜੀ, ਚੈੱਕ ਕਰੋ ਛੋਟਾ ਜਿਹਾ, ਠੀਕ ਆ। ਸਾਡੇ ਨਾਲ ਆਇਆ ਗੁੱਡੀ, ਕੀ ਚਾਹੀਦਾ? ਕੁਛ ਨਹੀਂ ਚਾਹੀਦਾ। ਚੱਲ ਹੁਣ ਬਿੱਲ ਬਣੂਗਾ। 6 ਤਾਵਾ ਕਿੰਨੇ ਰਹਿੰਦੇ? 6 ਤਾਵਾ ਤਿੰਨ ਬਾਕੀ ਆਯੋ ਗੁੱਡੀ ਦਾ ਬਿੱਲ ਜਿਹੜਾ ਵੇਖਿਆ, ਆਯੋ ਤੁਹਾਨੂੰ ਦਿਖਾ ਦਈਏ ਹੁਣ ਕਿੰਨਾ ਬਣ ਗਿਆ। ਆਹ ਵੀ ਗੁੱਡੀਆਂ ਲਈ ਤੇਰੇ ਵਾਸਤੇ ਆ, ਛੋਟੂ ਵਾਸਤੇ, ਚੈੱਕ ਕਰੋ ਮੇਰੇ ਵਾਸਤੇ। ਕਿੰਨਾ ਬਿੱਲ ਬਣਾ ਤਾ, ਚੈੱਕ ਕਰੋ, ਚੈੱਕ ਕਰ ਲਓ
ਕੀ ਆ ਆਪਣੇ ਪਤੀ ਆ ਵੇਖ ਲਓ ਵੇਲੇ ਇਹ ਕੋਈ ਡੁਪਲੀਕੇਟ ਨਹੀਂ ਬਣਿਆ ਸਾਰਾ ਓਰੀਜਨਲ ਹੀ ਬਣਿਆ ਸਾਰਾ ਰੇਟ ਲੱਗਾ ਹੋਇਆ ਠੀਕ ਹੈ ਜੀ 21,000 ਰੁਪਇਆ ਰੇਟ ਬਣਿਆ ਜੀ ਠੀਕ ਆ ਹੁਣ ਭਾਈ ਨੂੰ ਦੇਣਾ ਪੈਣਾ ਠੀਕ ਆ ਆਪਾਂ ਦਿੰਦੇ ਹਾਂ ਯਾਰ ਛੇਤੀ ਛੇਤੀ ਭਾਜੀ ਇਹਨਾਂ ਨੂੰ ਇੱਕ ਤਰੀਕ ਦੇ ਦਿਓ ਗੁੱਡੀ ਦਾ ਸਟੋਕ ਛੇਤੀ ਖਤਮ ਹੋਣਾ ਕਿ ਨਹੀਂ ਬਾਕੀ ਯਾਰ 21,000 ਬਿੱਲ ਬਣਿਆ ਜੇ ਬਾਕੀ ਯਾਰ ਲਵ ਯੂ ਯਾਰ ਸਾਰਿਆਂ ਨੂੰ ਬਾਕੀ ਯਾਰ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਯਾਰ 21,000 ਬਿੱਲ ਬਣ ਗਿਆ ਯਾਰ ਥੋੜਾ ਬਹੁਤਾ ਪੈਸੇ ਦਿੱਤੇ ਹੋਏ ਬਾਕੀ ਬਣੇ ਆ ਬਾਕੀ ਯਾਰ ਜਿੱਦਣ ਗੁੱਡੀ ਲੈ ਕੇ ਜਾਓ ਨਾ ਸਾਰੀ ਵੀਡੀਓ ਡਿਟੇਲ 'ਚ ਪਾਵਾਂਗੇ ਯਾਰ ਪਤਾ ਲੱਗੂਗਾ ਕਿ ਗੁੱਡੀ ਸਾਰੀ ਘਰੇ ਗਈ ਕੋਈ ਐਵੇਂ ਨਹੀਂ ਗਈ ਗੁੱਡੀ ਠੀਕ ਆ ਨਾ ਆਪਾਂ ਯਾਰ ਸਾਰੀ ਗੁੱਡੀ ਘਰੇ ਲੈ ਜਾਣੀ ਜਿੰਨੇ ਜਿੰਨੇ ਪੀਸ ਉਨੇ ਉਨੀ ਗੁੱਡੀ ਆਊਗੀ ਠੀਕ ਆ ਤੁਹਾਨੂੰ ਪੂਰੀ ਸਜਾ ਕੇ ਦਿਖਾਵਾਂਗੇ ਘਰ ਓਕੇ ਜੀ ਬਾਏ ਬਾਏ ਜੀ।